ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ। ਤੁਹਾਨੂੰ ਪਤਾ ਹੀ ਹੈ ਮੇਰਾ ਨਾਮ ਹਨੀ ਸੇਠੀ ਹੈ ਅਤੇ ਮੇਰਾ ਭਰਾ ਗੋਪੀ ਹੈ। ਅਸੀਂ ਆਹ ਪੇਜ ਤੋਂ ਵੀਡੀਓ ਪਾਉਂਦੇ ਹੁੰਦੇ ਹਾਂ ਸੇਵਾ ਦੀਆਂ ਜਾਂ ਕੁਛ ਹੋਰ ਰਿਲੇਟਡ, ਪਰ ਆਹ 5-4 ਦਿਨ ਦਾ ਜਿੱਦਣ ਨਾ ਸੂਰੀ ਹੈ ਨਾ ਗੱਡੀ ਚਾੜ੍ਹੇ ਉੱਦਣ ਦਾ ਤਾਂ ਮਸਲਾ ਹੋਰੇ ਬਣਿਆ ਹੋਇਆ। ਹਰੇਕ ਬੰਦੇ ਦੀ ਬਰਦਾਸ਼ਤ ਸ਼ਕਤੀ ਅਲੱਗ ਅਲੱਗ ਹੁੰਦੀ ਹੈ, ਸਾਡੇ 'ਚ ਘੱਟ ਆ, ਸਾਡੇ ਤੋਂ ਆਹ ਚੀਜ਼ਾਂ ਨਹੀਂ ਸੁਣੀਆਂ ਜਾਂਦੀਆਂ। ਆਹ ਵੀਡੀਓ ਸੁਣਿਓ ਬੰਦਾ ਕੀ ਕਹਿੰਦਾ। ਸਮਾਗਮ ਹੋ ਰਿਹਾ ਪੰਜਾਬ ਦੇ ਵਿੱਚ, ਲਗਾਤਾਰ ਸਮਾਗਮ ਹੋ ਰਹੇ ਆ। ਅੰਮ੍ਰਿਤਪਾਲ ਦੇ ਉਸਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਸਮਾਗਮਾਂ ਦੇ ਵਿੱਚ? ਸ਼ਰੇਆਮ ਸਟੇਜਾਂ ਲੱਗ ਗਈ, ਉੱਥੇ ਐਲਾਨ ਕੀਤੇ ਜਾ ਰਹੇ। ਮੈਂ ਕੀ ਕਹਿ ਰਿਹਾ ਜੀ, ਸਰਕਾਰ ਨੱਤ ਪਾਵੇ ਨਾ, ਮੇਰੀ ਸਰਕਾਰ ਹੁੰਦੀ ਮੈਂ ਮੁੱਖ ਮੰਤਰੀ ਹੁੰਦਾ। ਕਰਦੀ ਹੈ ਸਰਕਾਰ ਕਿਉਂ ਨੱਤ ਪਾਵੇ, ਕਿਉਂ ਨਹੀਂ ਪਾਵੇ? ਸੁੱਤੀ ਪਈ ਹੈ, ਮਰਵਾਉਣਾ ਚਾਹੁੰਦੀ ਹਿੰਦੂਆਂ ਨੂੰ, ਮਾਰ ਦਿਓ ਹਿੰਦੂ, ਮਾਰ ਦਿਓ ਹਿੰਦੂ, ਮਰਵਾਉਣਾ ਚਾਹੁੰਦੀ ਹਿੰਦੂਆਂ ਨੂੰ। ਇਹ ਚਾਵਲ ਨੇ ਜੇ ਤਾਂ ਅੱਜ ਤੱਕ ਕੁਛ ਕੀਤਾ ਹੈ ਤਾਂ ਸਾਨੂੰ ਚਾਨਣ ਪਾਓ ਵੀ ਇਹਦੀ ਆਹ ਉਪਲਬਧੀ ਹੈ। ਇਹਨੂੰ 9-9, 10-10 ਸਿਕਿਉਰਿਟੀ ਗਾਰਡ ਦਿੱਤੇ ਹੋਏ ਨੇ। ਇੱਕ ਸਿਕਿਉਰਿਟੀ ਗਾਰਡ ਦੀ ਘੱਟੋ ਘੱਟ 60-70 ਹਜ਼ਾਰ ਰੁਪਏ ਤਨਖਾਹ ਹੁੰਦੀ ਹੈ, 8-10 ਲੱਖ ਰੁਪਏ ਨੂੰ ਦਿੱਤਾ ਹੋਇਆ। ਫਿਰ ਇਹ ਪੁਲਿਸੀਆਂ ਨੂੰ ਗਾਲਾਂ ਕੱਢਦਾ ਉੱਪਰ 'ਚ। DSP ਮਰਿਆ ਹੋਇਆ ਸੀ, ਪੁਲਿਸ ਵਾਲਿਆਂ ਨੇ ਛੁਣਛਣਾ ਫੜਿਆ ਹੋਇਆ ਸੀ, ਤਾਰਾਂ ਵਜਾਉਣ ਨੂੰ ਰੱਖੀਆਂ ਹੋਈਆਂ ਨੇ। ਸ਼ਰਮ ਦਾ ਇਹਨੂੰ ਘੱਟ ਆ, ਜਿਹਦੇ ਨਾਲ ਰਹਿੰਦਾ, ਜਿਹਦੀ ਸੁਰੱਖਿਆ 'ਚ ਰਹਿੰਦਾ। ਆਮ ਵੀਡੀਓ ਦੀ ਕੱਢ ਕੇ ਦੇਖ ਲਈ, ਸਰ ਮੂਹਰੇ ਐਂ ਕਰਦਾ ਹੁੰਦਾ, ਬਾਅਦ ਇੱਥੇ ਮਾਰਦਾ ਇੰਟਰਵਿਊ 'ਚ ਧਾੜਾਂ। DSP ਮਰਿਆ ਹੋਇਆ ਸੀ, ਛੁਣਛਣੇ ਵਜਾਉਣ ਨੂੰ 10-10 ਸਿਕਿਉਰਿਟੀ ਗਾਰਡ ਦਿੱਤੇ ਤੁਹਾਨੂੰ 10-10। ਅੱਜ ਹੈਗਾ ਗੁਰਪੁਰਬ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ। ਸਾਰੇ ਹਿੰਦੂ ਸਿੱਖ ਜਿੰਨਾ ਹੈਗਾ ਬਈ ਚਾ, ਜਿੰਨਾ ਚਾ ਮੈਂ ਕਹਿੰਦਾ ਵੀ ਸਿੱਖਾਂ ਚ, ਉਹਨਾਂ ਤੋਂ ਵੱਧ ਚਾ ਹਿੰਦੂਆਂ ਚ, ਕੋਈ ਫਰਕ ਨਹੀਂ। ਸ਼ਾਮ ਨੂੰ ਦੀਪਮਾਲਾ ਹੁੰਦੀ ਦੇਖ ਲਿਓ, ਸ਼ਾਮ ਨੂੰ ਬੱਤੀਆਂ ਚੱਕ ਚੱਲਦੀਆਂ ਦੇਖ ਲਿਓ, ਪਟਾਕੇ ਚੱਲਦੇ ਦੇਖ ਲਿਓ, ਠੀਕ ਆ। ਸਾਨੂੰ ਕਦੀ ਨਹੀਂ ਪਤਾ ਲੱਗਦਾ ਵੀ ਅਸੀਂ ਹਿੰਦੂ ਹਾਂ ਕਦੀ ਸਿੱਖ ਹਾਂ। ਇਹਦੇ ਕਹਿਣ ਤੇ ਕਿਉਂ ਪਤਾ ਲੱਗਦਾ? ਇਹਦੇ ਕਹਿਣ ਤੇ ਪਤਾ ਲੱਗਦਾ? ਇਹ ਦੱਸੂਗਾ ਨਾ ਆਪਾਂ ਨੂੰ? ਇਹ ਕਹਿਣਾ ਜੀ ਐਂ ਕਰਤਾ ਉਹ ਕਰਤਾ, ਇੱਕ ਵੀ ਉਪਲਬਧੀ ਦੱਸ ਦੇ ਬਈ ਯਾਰ, ਇੱਕ ਵੀ ਦੱਸ ਦੇ। ਤੂੰ ਕਹਿਣਾ ਵੀ ਹਿੰਦੂਆਂ ਨਾਲ ਧੱਕਾ ਹੁੰਦਾ, ਐਂ ਹੁੰਦਾ, ਕਿਹੜੇ ਹਿੰਦੂ ਨਾਲ ਧੱਕਾ ਹੁੰਦਾ? ਵਧੀਆ ਹਿੰਦੂ ਤੁਹਾਨੂੰ ਚੰਗਾ ਨਹੀਂ ਸਮਝਦੇ? ਜਿਨ ਮੈਂ ਪੈਲ 'ਚ ਬੈਠਾ, ਦਰਾਹੇ ਮੈਂ ਰਹਿਣਾ, ਮੇਰਾ ਜਿੰਨਾ ਇਹਨਾਂ ਨਾਲ ਹੈਗਾ ਨਾ, 70-80% ਮੇਰੇ ਹਿੰਦੂ ਭਰਾਵਾਂ ਨਾਲ। ਅਰੋੜੇ ਹੋ ਗਏ, ਸਾਹਿਬ ਗਲੋਤਰੇ ਹੋਣੀ ਹੋ ਗਏ, ਸਚਦੇਵੇ ਹੋਣੀ ਹੋ ਗਏ, ਮੇਰੇ ਭਰਾ ਨੇ। ਜਿੱਦਣ ਟਾਈਮ ਆਇਆ 10 ਵੀ ਦੇਵਾਂਗੇ ਵੀ ਕੌਣ ਨਾਲ ਖੜਦਾ ਕੌਣ ਨਹੀਂ ਖੜਦਾ। ਤੁਸੀਂ ਬਿਨਾਂ ਗੱਲ ਤੋਂ ਸਾਡੇ 'ਚ ਫੁੱਟ ਪਾਉਣ ਲੱਗੇ ਹੋਏ ਹੋ। ਤਿੰਨ ਚਾਰ ਹੈਗੇ ਲੰਡੂ ਜਿਹਾ ਯਾਰ, ਸਿਕਿਉਰਿਟੀ ਦਿੱਤੀ ਹੈ ਨਾ, ਸਿਰ ਦਰਦੀ ਆ ਪੁਲਿਸ ਦੀ। ਸਗੋਂ ਤੂੰ ਨਾਲੇ ਪੁਲਿਸ ਵਾਲੀ ਸਿਕਿਉਰਿਟੀ ਲੈਂਦਾ, ਜੈਕਟ ਪਾ ਕੇ ਤੂੰ ਐਂ ਕਹਿਣਾ 4 ਵਜੇ ਕੌਲ ਆਉਂਦੇ। ਤੁਸੀਂ ਇਹ ਤਾਂ ਦੱਸੋ, ਤੂੰ ਕਹਿੰਦਾ ਵੀ ਹਿੰਦੂਆਂ ਨੂੰ ਰੋਕਿਆ ਜਾਂਦਾ, ਕਾਹਦੇ ਲਈ ਰੋਕਿਆ ਤੁਹਾਨੂੰ? ਕਿਹੜੇ ਹਿੰਦੂ ਨੂੰ ਰੋਕਿਆ? ਇੱਥੇ ਮੰਦਿਰ ਆ ਸਾਡੇ, ਮਹਾਦੇਵ ਮੰਦਿਰ, ਅਸੀਂ ਵੀ ਜਾਂਦੇ ਹਾਂ। ਆਹ ਜਗਰਾਤਾ ਸੀਗਾ ਸਾਡੇ 20 ਦਿਨ ਪਹਿਲਾਂ, ਕਿੰਨਾ ਸ਼ਾਹ ਸੀ ਬਾਈ? ਸਹੀ ਗੱਲ, 3 ਵਜੇ ਤੱਕ ਅਸੀਂ ਜਗਰਾਤੇ ਦੇ ਬੈਠੇ ਰਹੇ ਹਾਂ। 3 ਵਜੇ ਤੱਕ ਇੰਨਾ ਵਧੀਆ ਲੱਗਿਆ, ਇੰਨਾ ਵਧੀਆ ਲੱਗਿਆ, 3 ਵਜੇ ਤੱਕ ਸਾਰਾ ਸ਼ਹਿਰ ਇਕੱਠਾ ਸੀ ਸਾਡਾ। ਤੁਸੀਂ ਐਂ ਕਹਿੰਦੇ ਹੋ ਇੱਦਾਂ ਕਰਨਾ ਉੱਦਾਂ ਕਰ, ਪੰਨੂ ਨੂੰ ਬੋਲੋ ਜਿਹੜਾ ਬੱਚਿਆਂ ਨੂੰ ਭੜਕਾਉਂਦਾ, ਅਸੀਂ ਤਾਂ ਆਪ ਕਹਿੰਦੇ ਜਦ ਅਗਲਾ ਗਲਤ ਆ। ਅੰਮ੍ਰਿਤਪਾਲ ਬਾਰੇ ਬੋਲਣ ਦੀ ਕੋਈ ਲੋੜ ਨਹੀਂ, ਸਿੱਧੀ ਪੰਜਾਬੀ 'ਚ ਦੱਸਦੇ ਹਾਂ। ਅੰਮ੍ਰਿਤਪਾਲ ਸਾਨੂੰ ਕਹਿ ਰਿਹਾ ਅੰਮ੍ਰਿਤ ਛਕੋ, ਗੁਰੂ ਨਾਲ ਬਣੋ, ਠੀਕ ਆ, ਸਿੰਘ ਸਜੋ। ਫਿਰ ਉਹ ਸਾਨੂੰ ਇਹ ਵੀ ਕਹਿ ਰਿਹਾ ਵੀ ਐਡੇ ਐਡੇ ਕਿਰਪਾਨਾਂ ਰੱਖ ਕੇ ਕਿਸੇ 'ਤੇ ਹਵਾ ਨਹੀਂ ਕਰਨੀ, ਆਪਣੇ ਨਿੱਜੀ ਲਈ ਨਹੀਂ ਵਰਤਣਾ, ਜੇ ਕਿਸੇ ਨਾਲ ਕੋਈ ਧੱਕਾ ਆਉਂਦਾ ਕਿਸੇ ਗਰੀਬ ਗੁਰਬੇ ਨਾਲ ਖੜਨਾ ਜਾ ਕੇ। ਇਹ ਥੋੜ੍ਹੀ ਕਹਿ ਰਿਹਾ ਵੀ ਜਾ ਕੇ ਬਦਮਾਸ਼ੀ ਕਰੋ। ਕਿਉਂ ਹਿੰਦੂਆਂ ਨਾਲ? ਅਸੀਂ ਜੇ ਤੁਸੀਂ ਕਹਿੰਦੇ ਅਸੀਂ ਕਿੱਥੇ ਜਾਣਗੇ ਹਿੰਦੂਆਂ ਨੂੰ, ਅਸੀਂ ਪਰੇ ਹੋ ਜਾਵਾਂਗੇ? ਸ਼ੁਰੂ ਤੋਂ ਹੁਣ ਤੱਕ ਅਸੀਂ ਜੰਮੇ ਪਲੇ ਹਾਂ ਨਾਲ, ਕੱਲ ਨੂੰ ਉਹ ਕਿੱਥੇ ਜਾਣਗੇ? ਆਹ ਤਾਂ ਡੈਫੀਨੇਸ਼ਨ ਹੈ, ਗਲਤ ਦੱਸਦੇ ਨੇ ਜਿਹੜੀ ਦੱਸਦੇ ਨੇ। ਕਿੱਥੇ ਜਾਣਗੇ ਉਹ? ਅਸੀਂ ਜਾਣ ਦੇਵਾਂਗੇ, ਪਹਿਲਾਂ ਇਹ ਦੱਸੋ ਅਸੀਂ ਜਾਣ ਦੇਵਾਂਗੇ। ਇਹ ਮਾਰਕੀਟ ਆ, ਇੱਥੇ 350-400 ਦੁਕਾਨ ਹੋਊਗੀ, ਜਿਹਦੇ 'ਚੋਂ ਸਿਰਫ 50-70 ਦੁਕਾਨਾਂ ਸਰਦਾਰਾਂ ਦੀ, ਬਾਕੀ ਹਿੰਦੂਆਂ ਦੀ ਹੋਣਗੀ। ਇੰਨਾ ਕੁ ਪਿਆਰ ਆ, ਮੈਂ ਕਹਿੰਦਾ ਐਗਜ਼ਾਮਪਲਰੀ ਪਿਆਰ ਆ। ਫਿਰ ਆਹ ਇਹਦੀਆਂ ਗੱਲਾਂ ਸੁਣ ਲਓ, ਲੈ ਇਹਨੂੰ ਚਾਵਲ ਨੂੰ ਸੁਣ ਲਓ ਇਹਨੇ। ਤੁਸੀਂ ਗਊ ਮਾਤਾ ਲਈ ਕਦੀ ਕੁਛ ਕੀਤਾ? ਕੋਈ ਗਰੀਬ ਕੁੜੀਆਂ ਦੇ ਵਿਆਹ ਕਰਾਏ ਆ? ਕਿਸੇ ਨੂੰ ਰਾਸ਼ਨ ਦਿੱਤਾ? ਕਾਹਦੇ ਲਈ ਤੈਨੂੰ ਸਿਕਿਉਰਿਟੀ ਦੇਣੀ ਆ? ਤੁਸੀਂ ਤਾਂ ਸਿਰਦਰਦੀ ਬਣੇ ਹੋਏ ਹੋ। ਤੁਸੀਂ ਲੜੇ ਉਹ ਨੇ, ਸਿੱਖ ਚੱਕ ਲਓ, ਐਂ ਕਰ ਲਓ, ਉਹ ਗਾਲ ਕੱਢ ਕੇ ਗੱਲ ਕਰ ਰਿਹਾ ਸੂਰੀ ਦਾ, ਜਿਹੜਾ ਚੇਲਾ ਸੀਗਾ, ਸਿੱਖਾਂ ਨੂੰ ਚੱਕ ਲਓ, ਐਂ ਕਰ ਲਓ, ਐਂ ਕਿਵੇਂ ਚੱਕ ਲਓਗੇ ਫਿਰ ਤੁਸੀਂ? ਕੋਈ ਵਧੀਆ ਹਿੰਦੂ, ਕੋਈ ਵਧੀਆ ਐਜੂਕੇਟਡ ਬੰਦਾ ਇਹ ਗੱਲ ਕਦੇ ਨਹੀਂ ਕਹਿਣਾ, ਨਾ ਕੋਈ ਸਰਦਾਰ ਸਿੱਖ ਕੋਈ ਚੱਜ ਦਾ ਬੰਦਾ ਇਹ ਗੱਲ ਕਹੂਗਾ ਵੀ ਐਂ ਕਰ ਦੋ ਉਹ ਕਰ ਦੋ। ਤੁਹਾਡੇ ਵੱਧ ਅੱਗ ਲੱਗੀ ਹੋਈ ਆ, ਕੋਈ ਉਪਲਬਧੀ ਤਾਂ ਗਣਾਓ ਆਪਣੀ। ਘਰੋਂ ਚੱਕਣਾ, ਐਂ ਕਰ ਦਾਂਗੇ, ਉਹ ਕਰ ਦਾਂਗੇ, ਮੁੱਦਾ ਉਹਨਾਂ ਦਾ, ਠੀਕ ਹੈ। ਮੰਦਿਰ ਵਾਲਿਆਂ ਨਾਲ ਲੜਿਆ, ਲਾਸਟ ਦਿਨ ਮੰਦਿਰ ਵਾਲਿਆਂ ਨਾਲ ਲੜਿਆ। ਮੈਂ ਆਮ ਬੰਦਾ ਬੇ, ਮਾਤਾ ਦੀ ਫੋਟੋ ਪਊਗੀ, ਮੈਂ ਪਹਿਲਾਂ ਜਾ ਕੇ ਚੱਕੂੰਗਾ, ਠੀਕ ਆ। ਮੰਦਿਰ ਵਾਲਿਆਂ ਨੂੰ ਨਹੀਂ ਸਮਝ ਆਉਂਦੀ ਇਹ, ਪਰ ਤੁਹਾਡਾ ਤਰੀਕਾ ਗਲਤ ਆ। ਤੁਸੀਂ ਮਾਰਦੇ ਰੋਬ, ਤੁਸੀਂ ਕਹਿੰਦੇ ਸਾਡੀ ਜੁੱਤੀ ਥੱਲੇ ਰਹਿਣ। ਤੁਹਾਨੂੰ ਚਾਵਲਾਂ ਨੂੰ ਇਹ ਆ ਵੀ ਤੁਹਾਡੇ ਮੋਢੇ ਤੇ ਸਾਰਾ ਕੁਝ ਖੜਾ, ਇਹ ਭੁਲੇਖਾ ਕੱਢ ਦਿਓ, ਸ਼ਰਮ ਕਰ ਲਓ। ਮਾੜੀ ਮੋਟੀ ਸ਼ਰਮ ਸਾਲੀ ਲੜਾਈਆਂ ਪਵਾਈ ਜਾਂਦੇ ਤੁਸੀਂ ਲੋਕਾਂ 'ਚ, ਹਿੰਦੂ ਸਿੱਖ, ਹਿੰਦੂ ਸਿੱਖ, ਹਿੰਦੂ ਸਿੱਖ, ਕੋਈ ਗੱਲ ਆ ਇਹ ਸਾਲੀ, ਠੀਕ ਆ। ਜਿਹੜੀ ਚੀਜ਼ ਗਲਤ ਆ ਅਸੀਂ ਵੀ ਉਹਨੂੰ ਗਲਤ ਕਹਿੰਦੇ ਹਾਂ, ਠੀਕ ਹੈ। ਪਰ ਜਿਵੇਂ ਹੁਣ ਤੁਸੀਂ ਪੁਲਿਸ ਮੁਲਾਜ਼ਮਾਂ ਨਾਲ ਘੁੰਮਦੇ ਹੋ, ਉਹਨਾਂ ਤੋਂ ਬਿਨਾਂ ਤੁਸੀਂ ਬਾਹਰ ਨਹੀਂ ਨਿਕਲਦੇ। ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਛੁਣਛਣੇ ਵਿਆਹ, DSP ਮਰ ਗਿਆ ਸੀ, ਐਂ ਕਰਤਾ ਸੀ। ਇਹਦੀ ਸ਼ਬਦਾਵਲੀ ਸੁਣ ਲਓ ਇਹਦੀ। ਸਰਕਾਰ ਨੂੰ ਚੁਕਾਉਣ ਲਈ ਬੋਲਦਾ ਨਾ ਵੀ, ਥੋੜਾ ਆਪਣੀ ਜਾਨ ਜ਼ਿੰਦਗੀ ਫਿਰ ਵੀ ਦਾਅ ਲਾ ਕੇ ਬੋਲਦਾ, ਨਹੀਂ ਤਾਂ
ਸ਼ੇਰਾਂ ਵਾਂਗੂ ਜਾਊਂਗਾ, ਭਗਵੇ ਜਾਊਂਗੇ, ਭਗਵਾ ਪਾਇਆ ਇਸ ਭਗਵੇ ਜਾਊਂਗਾ, ਡਰਦਾ ਨਹੀਂ। ਤੇਰੇ ਨਾਲੋਂ ਵੱਧ ਇੱਜ਼ਤ ਕਰਦੇ ਆਵਾਂਗੇ ਭਗਵੇ ਦੀ, ਤੇਰੇ ਨਾਲੋਂ ਵੱਧ ਚਵਲਾ, ਤੇਰੇ ਨਾਲ ਵੱਧ ਇੱਜ਼ਤ ਕਰਦੇ ਆਵਾਂਗੇ। ਤੇਰਾ ਮੈਂ ਕਾਰ ਤੈਨੂੰ ਦੱਸ ਦਿੰਦਾ, 2016 ਜਿਹਨੇ ਕੀ ਕੀਤਾ ਬਾਈ, 2016 ਜਿਹਨੇ ਗਲਤ ਮਾਰ ਕੇ ਸਰੀਆ ਤੇ ਸਿਕਿਉਰਿਟੀ ਲੈਣੀ ਗੋਲੀ ਚੱਲ ਗਈ, ਬਾਅਦ ਚ ਇਹਦੇ ਪਰਚਾ ਅੰਦਰ ਰਹਿ ਕੇ ਆਇਆ। ਇਹ ਆ ਇਹਦੀ ਔਕਾਤ ਆ, ਅਸੀਂ ਲੁਧਿਆਣੇ ਹੀ ਰਹਿੰਦੇ ਹਾਂ, ਸਾਨੂੰ ਤਾਂ ਅੱਜ ਤੱਕ ਕੋਈ ਚੱਜ ਦਾ ਕੰਮ ਕਰਿਆ ਦੇਖਿਆ ਨਹੀਂ ਇਹਦਾ। ਪੂਰੇ ਲੁਧਿਆਣੇ ਚ ਪੂਰੇ ਵਧੀਆ ਲਿੰਕ ਨੇ ਸਾਡੇ, ਸਾਨੂੰ ਤਾਂ ਕਿਸੇ ਨੇ ਅੱਜ ਤੱਕ ਕਦੇ ਹਿੰਦੂ ਨੇ ਵੀ ਨਹੀਂ ਤੇਰੇ ਬਾਰੇ ਕੋਈ ਪੋਜ਼ਿਟਿਵ ਕਿਹਾ। ਕਰ ਗਊਆਂ ਦੀ ਸੇਵਾ ਅਸੀਂ ਬਰਾਬਰ ਪੈਸੇ ਪਾਉਂਦੇ ਹਾਂ, ਪਤਾ ਨਾ ਵੀ ਉੱਥੇ ਮਿੱਟੀ ਨਾਲ ਮਿੱਟੀ ਹੋਣਾ ਪੈਣਾ। ਕਦੇ ਕਿਹਦੇ ਬਾਰੇ ਬਕਵਾਸ ਕਰਦੇ ਹੋ, ਕਦੇ ਕਿਹਦੇ ਬਾਰੇ ਬਕਵਾਸ ਕਰਦੇ ਹੋ, ਤੁਹਾਨੂੰ ਕੋਈ ਕਹਿਣ ਵਾਲਾ ਜੰਮਿਆ ਹੀ ਨਹੀਂ। ਪੁਲਿਸ ਵਾਲੇ ਵਿਚਾਰੇ ਦਿਨ ਰਾਤ ਤੁਹਾਡੀਆਂ ਸਿਕਿਉਰਟੀਆਂ ਕਰਦੇ ਨੇ, ਉਹਨਾਂ ਨੂੰ ਤੁਸੀਂ ਚਵਲ ਦੱਸਦੇ ਹੋ। DSP ਨੂੰ ਤੁਸੀਂ ਕਹਿੰਦੇ ਮਰ ਗਿਆ ਸੀਗਾ, ਬੰਦੇ ਨੇ ਗੋਲੀ ਮਾਰਤੀ, ਬੰਦਾ ਫੜਿਆ ਗਿਆ, ਗੱਲ ਖਤਮ ਹੋ ਗਈ। ਉਹਦੇ ਪਰਿਵਾਰ ਨੂੰ ਕਿਉਂ ਕਹਿੰਦੇ ਹੋ, ਜਿਹੜੀ ਉਹਨੇ ਗਲਤੀ ਕਰੀ ਆ, ਕਤਲ ਕਰਿਆ ਉਹਦੀ ਸਜ਼ਾ ਭੁਗਤੂਗਾ ਉਹ। ਮੈਂ ਕਹਿੰਦਾ ਯਾਰ ਜਮਾਂ ਹੀ ਚਵਲ ਹੋ ਤੁਸੀਂ, ਤੁਹਾਨੂੰ ਕੋਈ ਕਹਿਣ ਵਾਲਾ ਹੈ ਹੀ ਨਾ, ਤੁਹਾਡੇ ਕੋਈ ਅੱਗੇ ਨਾ ਕੋਈ ਪਿੱਛੇ, ਤੁਹਾਨੂੰ ਹੀ ਥਰੈਟ ਰਹਿ ਗਏ ਸਾਰੇ। ਥਰੈਟ ਕਾਹਦਾ ਹੁੰਦਾ, ਤੁਸੀਂ ਕੌਮ ਲਈ ਕੁਛ ਕੀਤਾ, ਹਿੰਦੂ ਤਵ ਲਈ ਕੁਛ ਕੀਤਾ, ਤੁਸੀਂ ਅੱਜ ਤੱਕ ਦੱਸ ਦੋ ਵੀ ਹਾਂ ਯਾਰ ਅਸੀਂ ਆਹ ਕੀਤਾ, ਸਾਡੇ ਲਈ ਤਾਂ ਛੱਡ ਦੋ ਯਾਰ, ਤੁਸੀਂ ਕੁਛ ਕੀਤਾ? ਜੇ ਤੁਸੀਂ ਕੁਛ ਕੀਤਾ ਹੁੰਦਾ, ਮੰਨ ਲਓ ਇੱਥੇ ਮਾਂ ਦੇ ਮੰਦਿਰ ਆ, ਉਹ ਸਾਨੂੰ ਵੀ ਕਹਿਣ ਸੇਠੀ ਇਹਨਾਂ ਦੀ ਆਪਾਂ ਰਿਸਪੈਕਟ ਕਰਨੀ ਆ, ਐਂ ਕਰਨਾ ਆਪਾਂ ਉੱਦਾਂ ਇਹਨਾਂ ਦੀ ਆਓ ਭਗਤ ਕਰਨੀ ਆ। ਵੱਡੇ ਤੋਂ ਵੱਡੇ ਬੰਦੇ ਆਉਂਦੇ ਉਰੇ, ਸਾਰਾ ਪੰਜਾਬ ਇੰਡੀਆ ਗਿਰਦਾ ਉਰੇ ਆ ਕੇ, ਸ਼ਰਧਾ ਨਾਲ ਮੱਥਾ ਟੇਕਦਾ, ਇੰਨੀ ਸ਼ਰਧਾ ਮਹਾਦੇਵ ਮੰਦਿਰ ਪੈਲ ਚ, ਕਦੇ ਤੁਹਾਨੂੰ ਬੁਲਾਇਆ ਤਾਂ ਹੈ ਨੀ ਉਹਨਾਂ ਨੇ, ਪਤਾ ਆ ਕੇ ਗਾਂਧੀ ਪਾਣਾ, ਤੁਸੀਂ ਹੋਰ ਕੀ ਕਰਨ। ਆ ਸੁਣ ਲਓ ਇਹਦੀ ਅਗਲੀ, ਜੇ ਉਹਨਾਂ ਨੇ ਤੁਹਾਡੇ ਗੋਲੀ ਮਾਰਨੀ ਹੋਈ, ਤੁਹਾਨੂੰ ਸਿਕਿਉਰਿਟੀ ਗਾਰਡ ਇੰਨੇ ਕਾਹਦੇ ਦਿੱਤੇ ਨੇ? ਜੇ ਤੈਨੂੰ ਗੋਲੀ ਮਾਰਨੀ, ਤੂੰ ਕੀਤਾ ਕੀ ਆ ਵੀ ਤੈਨੂੰ ਥਰੈਟ ਨੇ, ਗਾਲਾਂ ਕੱਢੀਆਂ ਤੁਸੀਂ ਆਨਲਾਈਨ ਹੋ ਕੇ, ਹੋਰ ਤਾਂ ਤੁਸੀਂ ਕਦੇ ਕੁਛ ਕੀਤਾ ਹੀ ਹੈ ਨੀਗਾ। ਸ਼ਰਮ ਦਾ ਘਾਟਾ ਤੁਹਾਨੂੰ, ਮਾੜਾ ਮੋਟਾ ਟਿਕ ਜਾਓ, ਹਰ ਸ਼ਰਮ ਨੂੰ ਹੱਥ ਮਾਰੋ, ਨਾ ਲੜਾਓ ਸਾਨੂੰ। ਸਾਨੂੰ ਕਦੀ ਨੀ ਫੀਲ ਹੁੰਦਾ ਵੀ ਅਸੀਂ ਹਿੰਦੂ ਹਾਂ ਕਦੇ ਸਿੱਖ ਹਾਂ, ਕਦੀ ਵੀ ਨੀ ਫੀਲ ਹੁੰਦਾ। ਤੁਸੀਂ ਸਾਲਿਓ ਕੀ ਯਾਰ ਗੱਲਾਂ ਕਰਦੇ ਹੋ, ਤੁਸੀਂ ਦੱਸੋ, ਸ਼ਰਮ ਕਰ ਲਓ ਮਾੜੀ ਮੋਟੀ, ਕੰਮ ਕਰੋ ਸਹੀ, ਇੱਕ ਵੀ ਪੋਸਟ ਦਿਖਾ ਦਿਓ, ਕਿਸੇ ਨੂੰ ਰਾਸ਼ਨ ਦਿੱਤਾ ਹੋਵੇ, ਕਿਸੇ ਨੂੰ ਦਵਾਈਆਂ ਦਿੱਤੀਆਂ ਹੋਣ, ਕਿਸੇ ਦਾ ਇਲਾਜ ਕਰਾਇਆ ਹੋਵੇ, ਕਿਸੇ ਦੀ ਛੱਤ ਪਵਾਈ ਹੋਵੇ, ਕਿਸੇ ਦਾ ਸਹਾਰਾ ਬਣੇ ਹੋਵੋ। ਮੈਂ ਕਹਿੰਦਾ ਯਾਰ ਜੰਮੀ ਤੁਹਾਨੂੰ ਕੋਈ ਕਹਿਣ ਕਰਨ ਵਾਲਾ ਹੈ ਹੀ ਨਹੀਂ, ਤੁਸੀਂ ਤਾਂ ਸਿਰ ਦਾ ਤੀਓ ਮੰਡ ਹੈ, ਕੀ ਬਕਵਾਸ ਕਰਦਾ, ਪੱਗ ਨਾਲ ਉਹਨੇ ਬੁੱਤ ਸਾਫ਼ ਕਰੀ ਜਾਂਦਾ, ਤੂੰ ਜਿਹਨੂੰ ਮਰਜ਼ੀ ਮੰਨ, ਅਸੀਂ ਕੀ ਲੈਣਾ ਯਾਰ, ਪੱਗ ਤੇਰੇ ਪਿਓ ਦੀ ਨਹੀਂ, ਸਾਂਝੀ ਪੱਗ ਆ, ਤੂੰ ਬੇਵਤੀ ਨਹੀਂ ਐਵੇਂ ਕਰ ਸਕਦਾ। ਫਿਰ ਤੁਸੀਂ ਰੋਂਦੇ ਹੋ ਜੇ ਕੋਈ ਤੁਹਾਡੇ ਮਗਰ ਪੈ ਜਾਂਦਾ, ਹਰੇਕ ਬੰਦਾ ਕਿਸੇ ਨੂੰ ਕਿਵੇਂ ਗੁੱਸਾ ਆਉਂਦਾ, ਕਿਸੇ ਨੂੰ ਘੱਟ ਆਉਂਦਾ। ਹੁਣ ਮੈਂ ਲਾਈਵ ਹੋਇਆ ਹੋਇਆ, ਠੀਕ ਆ, ਮੇਰੇ ਕੋਲ ਆਹ ਸਾਧਨ ਸੀ, ਮੈਂ ਇਹਦੇ 'ਤੇ ਕੱਢ ਰਿਹਾ ਗੁੱਸਾ ਆਪਣਾ। ਆਹ ਟੱਕਰ ਜੀ, ਇਹ ਟੱਕਰਨ ਐਡੀ ਵੀ ਨਹੀਂ ਕੋਈ ਗੱਲ, 97-791-5769 ਮੇਰਾ ਨੰਬਰ ਆ, ਹਨੀ ਸੇਠੀ ਮੇਰਾ ਨਾਮ ਆ, ਆਪਣੀ ਆਈ ਡੀ ਤੋਂ ਪਾਊਂਗਾ, ਤੇਰੇ ਵਾਂਗੂ ਨਹੀਂ ਕਹਿੰਦਾ, ਫੋਨ ਨਹੀਂ ਚੁੱਕਦਾ। 97-791-5769 ਜੇ ਮੇਰੀ ਗਲਤੀ ਹੋਊ, ਮੈਂ ਜਦੇ ਮੈਨੂੰ, ਪਰ ਤੁਹਾਡੇ ਤੋਂ ਮਰ ਜੂ, ਤੁਹਾਡੇ ਮੂਹਰੇ ਸਿਰ ਨਹੀਂ ਝੁਕਾਉਂਦਾ ਕਦੇ, ਇੰਨੀ ਮੇਰੀ ਜੁਰਤ ਆ ਆਪਣੇ ਵਾਹਿਗੁਰੂ ਨੂੰ ਹਾਜ਼ਰ ਨਾ ਹਾਜ਼ਰ। ਤੁਸੀਂ ਕਹਿੰਦੇ ਹੋ ਐਵੇਂ ਫਰਕ, ਮੈਂ ਕਹਿੰਦਾ ਜੈ ਸ਼੍ਰੀ ਰਾਮ, ਮੈਂ ਕਹਿੰਦਾ ਸ਼ਿਵ ਜੀ, ਮੈਂ ਜੈ ਮਾਤਾ ਦੀ ਕਹਿਣਾ, ਮੈਨੂੰ ਕੋਈ ਫਰਕ ਹੀ ਨਹੀਂ। ਉਹ ਗੁਰਦੁਆਰੇ ਆਉਂਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ, ਤੁਹਾਨੂੰ ਕਾਹਦਾ ਫਰਕ ਆ, ਮੈਨੂੰ ਇਹ ਤਾਂ ਦੱਸੋ। ਕੋਈ ਚੰਗਾ ਕੰਮ ਕਰੋ, 50% ਨਾ ਯੋਗਦਾਨ ਪਾਵਾਂਗੇ, ਆਪਣੇ ਪਿਓ ਦੇ ਨਹੀਂ ਹੋਵਾਂਗੇ, ਕਰੋ 50 ਕੁੜੀਆਂ ਦੇ ਵਿਆਹ, 25 ਦੇ ਪੈਸੇ ਦੇਵਾਂਗੇ, ਜਿੱਥੋਂ ਮਰਜ਼ੀ ਲਿਆ ਕੇ ਦਈਏ ਦੇਵਾਂਗੇ, ਕਰੋ ਤਾਂ ਸਹੀ ਕੁਛ, ਤੁਸੀਂ ਤਾਂ ਪਵਾਉਂਦੇ ਫੁੱਟ। ਅਦ ਹੁਣ ਨੈਗੇਟਿਵ, ਬਸ ਨੈਗੇਟਿਵ, ਜਦ ਖੋਲੋ ਐਂ ਕਰ ਦਾਂਗੇ, ਮੈਨੂੰ ਮਾਰ ਦਿਓ, ਮੈਨੂੰ ਪਾਕਿਸਤਾਨ ਭੇਜ ਦਿਓ। ਤੇਰੇ ਤੋਂ ਕਰਾਉਣਾ ਕੀ ਆ, ਤੂੰ ਆਪਣੇ ਜੋਗਾ ਤਾਂ ਹੈ ਨਹੀਂ, ਤੂੰ ਆਪਣੇ ਜੋਗਾ ਨਹੀਂ, ਇੰਨਾ ਮਾਣ ਕਹਿੰਦਾ, 3 ਤੇਰੇ ਵਰਗਾ ਇਕੱਲਾ ਸਾਂਭ ਲਾਂਗਾ, ਤੂੰ ਆਪਣੇ ਜੋਗਾ ਨਹੀਂ ਹੈਗਾ, ਤੈਨੂੰ ਤੁਰਨ 'ਚ ਪ੍ਰੋਬਲਮ ਆਉਂਦੀ ਆ, ਜਨਾਨੀ ਤੇਰੀ ਕੋਈ ਬੱਚੇ ਤੁਹਾਨੂੰ ਰੱਖ ਕੇ ਰਾਜੀ ਹੈ ਨਹੀਂ ਯਾਰ। ਮੈਂ ਪਰਸਨਲ ਨਹੀਂ ਕਹਿੰਦਾ, ਪਰ ਬੰਦੇ 'ਚ ਐਟੀਕੇਟਸ ਹੋਣੇ ਚਾਹੀਦੇ ਨੇ। ਜਿੱਥੇ ਤੁਸੀਂ ਰਹਿੰਦੇ ਹੋ ਸਾਨੂੰ ਸਭ ਪਤਾ, ਤੁਹਾਡਾ ਮਹੱਲਾ ਤੁਹਾਡੇ ਬਾਰੇ ਕੀ ਕਹਿੰਦਾ ਸਾਨੂੰ ਇਹ ਵੀ ਪਤਾ। ਜੇ ਤੂੰ ਕਹਿੰਦਾ ਵੀ ਮੈਂ ਲੇਹ ਲਦਾਖ ਰਹਿ, ਲੁਧਿਆਣੇ ਰਹਿਣਾ, ਇੱਕ ਵੀ ਕੰਮ ਆਪਣਾ ਗਣਾ ਦੀ ਤੂੰ, ਮੈਂ ਤੈਨੂੰ ਆਪਣਾ ਵੀਡੀਓ 'ਚ ਨੰਬਰ ਦੇ ਤਾ, ਆਹ ਮੈਸੇਜ ਬਾਈ ਬਣ ਗਿਆ, ਜ਼ਰੂਰ ਸ਼ੇਅਰ ਕਰਿਓ, ਇਹਨਾਂ ਚਵਲਾਂ ਨੂੰ ਲਾਂਹਦਾ ਪਾਇਆ ਕਰੋ, ਜਿਹੜਾ ਆਪਾਂ ਨੂੰ ਵੀ ਭੜਕਾਉਂਦਾ ਉਹਦਾ ਪਿੱਛੇ ਨਾ ਲੱਗਿਓ, ਬਾਅਦ 'ਚ ਕੋਈ ਨਹੀਂ ਪੁੱਛਦਾ। ਆਪਣੀ ਕੌਮ ਦੇ ਪੱਕੇ ਹੋ, ਜਿਹੜਾ ਹਿੰਦੂ ਆ ਹਿੰਦੂ ਪੱਕਾ ਹੋਵੇ, ਜਿਹੜਾ ਸਿੱਖ ਆ ਸਿੱਖ ਪੱਕਾ ਹੋਵੇ, ਇਹ ਆਪਸੀ ਭਾਈਚਾਰਾ ਪ੍ਰੇਮ ਭਾਵਨਾ ਬਣਾ ਕੇ ਰੱਖੋ, ਜਿਵੇਂ ਪਹਿਲਾਂ ਸੀ। ਇਹਨਾਂ ਦੀ ਨਾ ਸੁਣਿਆ ਕਰੋ, ਇਹਨਾਂ ਨੂੰ ਇਗਨੋਰ ਕਰਿਆ ਕਰੋ ਯਾਰ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਜੇ ਕੋਈ ਗਲਤ ਕਿਹਾ ਕਰ ਤਾਂ ਤੁਹਾਡੇ ਤੋਂ ਸੋਰੀ ਆ, ਇਹ ਚਵਲਾਂ ਮੂਹਰੇ ਨਹੀਂ ਮੈਂ ਝੁਕਦਾ। ਤਾਂ ਬੰਦ ਰਹਿਣਾ ਦਾ ਕੋਈ ਅਕਲ ਨਹੀਂ ਹੈਗੀ, ਜਿਹਨਾਂ ਦੇ ਸਿਰ ਤੇ ਇਹ ਬਾਹਰ ਸਿਕਿਉਰਟੀਆਂ ਲੈ ਕੇ ਘੁੰਮਦੇ ਨੇ, ਉਹਨਾਂ ਨੂੰ ਮਾੜਾ ਕਹਿੰਦੇ ਨੇ। ਪੁਲਿਸ ਅਫਸਰ ਦੀ ਕੋਈ ਛੁੱਟੀ ਨਹੀਂ ਹੁੰਦੀ, ਇਹਦਾ ਮੁੰਡੇ ਦਾ ਡੈਡੀ SHO ਆ, ਕੋਈ ਛੁੱਟੀ ਨਹੀਂ ਹੁੰਦੀ ਪੁਲਿਸ ਅਫਸਰ ਦੀ, ਠੀਕ ਆ। ਉਹਨੂੰ ਤੁਸੀਂ ਮਾੜਾ ਕਹਿੰਦੇ, ਦਿਨ ਰਾਤ ਆਪਣੇ ਪਰਿਵਾਰ ਛੱਡ ਕੇ ਨਾ, ਸਾਰਿਆਂ 'ਚ ਚੰਗੇ ਮਾੜੇ ਬੰਦੇ ਹੁੰਦੇ ਨੇ, ਦੁਕਾਨਦਾਰਾਂ 'ਚ ਵੀ ਹੁੰਦੇ ਨੇ, ਕਿਸਾਨਾਂ 'ਚ ਵੀ ਹੁੰਦੇ ਨੇ, ਆੜ੍ਹਤੀਆਂ 'ਚ ਵੀ ਹੁੰਦੇ ਨੇ, ਲੇਬਰ 'ਚ ਵੀ ਹੁੰਦੇ ਨੇ,
ਤੁਸੀਂ ਚੱਕ ਕੇ ਮੂੰਹ ਚੱਕ ਕੇ ਉਹਨਾਂ ਨੂੰ ਬਕਵਾਸ ਕਰਦੇ ਹੋ, ਫਿਰ ਉਹਨਾਂ ਨਾਲ ਬਿਨਾਂ ਤੁਸੀਂ ਘਰੋਂ ਨਿਕਲਦੇ ਹੈਗੇ, ਆਫ ਕੈਮਰਾ ਤੁਸੀਂ ਕੁਛ ਹੋਰ ਹੋ, ਆਨ ਕੈਮਰਾ ਤੁਸੀਂ ਕੁਛ ਹੋਰ ਹੋ, ਇੰਟਰਵਿਊ ਦੇ ਦਿਓ ਬਸ, ਇੰਟਰਵਿਊ ਕਰਾ ਲਓ, ਇੰਟਰਵਿਊ ਕਰਾ ਲਓ, ਆਹ ਦੰਗੇ ਨਾ ਕਰਾ ਦਿਓ, ਕਿਤੇ ਸ਼ਰਮ ਕਰ ਲਓ, ਦੰਗੇ ਨਾ ਕਰਾ ਦਿਓ, ਚੰਗੇ ਭਲੇ ਵੱਸਦੇ ਹਾਂ, ਮਸਾਂ ਕਰੋਨਾ ਨਿਕਲਿਆ ਸਾਰਿਆਂ ਦਾ ਕੰਮ ਮਸਾਂ ਲਾਈਨ 'ਤੇ ਆਉਣ ਲੱਗਿਆ, ਆਹ ਨਵਾਂ ਕੰਮ ਸ਼ੁਰੂ ਕਰ ਲਿਆ ਨਾ, ਇਹ ਮੁੱਕਣ 'ਤੇ ਨਹੀਂ ਆਉਣਾ, ਨਾ ਚਾਹੁੰਦੇ ਵੀ ਲੋਕਾਂ ਨੂੰ ਕਰਨਾ ਪੈਣਾ, ਫਿਰ ਸ਼ਰਮ ਕਰ ਲਓ, ਬਾਕੀ ਸਾਰੇ ਬਾਈ ਸੁਚੇਤ ਰਹੋ, ਇਹਨਾਂ ਨੂੰ ਚਵਲਾਂ ਨੂੰ ਇਗਨੋਰ ਕਰੋ, ਨਾਲੇ ਸਰਕਾਰ ਨੂੰ ਚਾਹੀਦਾ ਇਹਨਾਂ ਤੋਂ ਸਿਕਿਉਰਟੀਆਂ ਲਓ, ਇਹਨਾਂ ਤੋਂ ਲੇਬਰ ਕਰਾਓ ਸਾਲਿਆਂ ਤੋਂ, ਇਹ ਤੋਂ 200 ਪੌੜੀਆਂ ਨਹੀਂ ਚੜਿਆ ਜਾਣਾ, 200 ਪੌੜੀਆਂ ਨਹੀਂ ਚੜਿਆ ਜਾਣਾ, ਤੂੰ ਕਹਿਣਾ ਮੈਂ ਤੇ ਛਾਤੀ ਤੇ ਮੈਂ ਗੋਲੀ ਮਾਰ ਦੂੰ, ਐਂ ਕਰ ਦੂੰ, ਉਹ ਕਰ ਦੂੰ, ਉਹ ਚਵਲਾ ਤੇ ਤੋਂ ਕਿਰਪਾਨ ਨਹੀਂ ਫੜੀ ਜਾਣੀ, ਸਾਡੇ ਭਾਈ ਆ ਹਿੰਦੂ, ਕੋਈ ਹੱਥ ਲਾ ਕੇ ਦਿਖਾਵੇ ਸਾਡੀ ਕੀ ਜ਼ਰੂਰਤ, ਅਸੀਂ ਕਿਉਂ ਲਾਵਾਂਗੇ, ਸਾਨੂੰ ਲੋੜ ਹੈ ਨਹੀਂ, ਸਾਡਾ ਸਾਰਾ ਮੋਬਾਈਲ ਉਹਨਾਂ ਨਾਲ ਭਰਿਆ ਪਿਆ, ਰਿਸ਼ਤੇਦਾਰੀਆਂ ਭਰੀਆਂ ਪਈਆਂ ਨੇ, ਸਮਾਜ ਭਰਿਆ ਪਿਆ, ਤੁਸੀਂ ਕਹਿੰਦੇ ਤੁਹਾਨੂੰ ਪਤਾ ਨਹੀਂ ਕਿੱਥੋਂ ਦੇਖਦੇ ਨੇ ਹਿੰਦੂ ਤੇ ਸਿੱਖ ਲੜਦੇ, ਮੈਨੂੰ ਦਿਖਾ ਦੀ ਕਿਤੋਂ ਸਿੱਖ ਤੇ ਹਿੰਦੂ ਲੜਦੇ ਬਾਈ, ਮੈਂ ਵੀ ਦੇਖਣਾ ਚਾਹੁੰਦਾ, 30 ਸਾਲ ਦੀ ਉਮਰ ਹੋ ਗਈ, ਅੱਜ ਤੱਕ ਤਾਂ ਮੈਂ ਕਦੇ ਦੇਖਿਆ ਨਹੀਂ ਹੈਗਾ, ਹਰੇਕ ਵੀਡੀਓ 'ਚ ਦੋ ਕੁ ਜਾਣੇ ਇਕੱਠੇ ਹੋ ਕੇ ਲਲਕਾਰੇ ਮਰੀ ਜਾਂਦੇ ਹੋ, ਗਾਲਾਂ ਕੱਢੀ ਜਾਂਦੇ ਹੋ, ਯਾਰ ਸ਼ਰਮ ਕਰ ਲਓ ਮਾੜੀ ਮੋਟੀ, ਯਾਰ ਤੁਸੀਂ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਿਓ, ਜਿਹਨੂੰ ਕੋਈ ਗੱਲਬਾਤ ਆ ਉਹਦੇ ਹੱਕ 'ਚ ਹੈਗੀ ਆ ਤਾਂ ਫਿਰ ਜ਼ਰੂਰ ਫੋਨ ਕਰਿਓ, 97 700 ਕੰਨ